ਬਾਜਵਾ ਸਾਹਿਬ ਕਹਿੰਦੇ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ, ਮੈਂ ਗੁਰਦਾਸਪੁਰ ਤੋਂ ਕਿਰਾਏ ਤੇ ਘਰ ਲੈਣਾ, ਲੁਧਿਆਣੇ ਡੇਰਾ ਲਾਵਾਂਗੇ, ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਲੁਧਿਆਣੇ, ਤਾਂ ਕਿ ਰਾਜਾ ਬੜਿੰਗ ਜਿੱਤਣਾ ਜਾਵੇ, ਮੈਂ ਦੇਖੂੰਗਾ ਆਪਦਾ ਸਾਰਾ ਆਪਦੀ ਦੇਖ ਰੇਖ ਦੇ ਵਿੱਚ ਸਾਰਾ ਕਰੂੰਗਾ ਕੰਮ। ਕਹਿੰਦਾ ਆਪਸ 'ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਈ ਜਾਂਦਾ, ਕੌਣ ਕਿਹਨੂੰ ਜਿਤਾਈ ਜਾਂਦਾ। ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਖੈਰ ਇਸ ਕੰਮ ਬਾਰੇ ਬੋਲਣਾ ਨਹੀਂ ਚਾਹੀਦਾ, ਉਹਨਾਂ 'ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ, ਹੁਣ ਤਾਂ ਉਹ ਦੂਹਰ ਵੀ ਕਰਨ ਲੱਗ ਗਏ ਵੀ ਕਾਂਗਰਸ 'ਚ ਮੈਂ ਦੂਜੀ ਵਾਰ ਆਇਆ, ਸਾਡੀ ਪਾਰਟੀ 'ਚੋਂ ਤੋੜ ਕੇ ਲੈ ਗਏ ਬੰਦੇ, ਪਾਰਟੀ 'ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ, ਏਕਤਾ ਤੋੜ ਕੇ ਗਏ ਸੀਗੇ। ਇੱਥੋਂ ਇਹ ਸਿੱਧ ਹੁੰਦਾ ਕਿ ਸ਼ਾਇਦ ਖਹਿਰਾ ਸਾਹਿਬ ਅਗਲੀ, ਕਿਉਂਕਿ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ, ਇਹਦਾ ਮਤਲਬ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ। ਸੋ ਇਹ ਸਭ ਅਫਵਾਹਾਂ ਨੇ, ਕੋਈ ਕਿਸੇ ਕਿਸਮ ਦਾ ਨਾ ਤਾਂ ਗੋਲਡੀ 'ਤੇ ਕੋਈ ਇਲਜ਼ਾਮ ਹੈ, ਨਾ ਹੀ ਕੋਈ ਜਿੱਜ ਇਲਜ਼ਾਮ ਹੁੰਦਾ, ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵੀ ਚੈੱਕ ਕਰ ਲਏ, ਸਾਡੇ ਤਿੰਨ ਬੰਦਿਆਂ 'ਤੇ ਇਲਜ਼ਾਮ ਲੱਗੇ ਅਤੇ ਅਸੀਂ ਉਹਨਾਂ 'ਤੇ ਐਕਸ਼ਨ ਲੈ ਲਿਆ। ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਅਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਕਿ ਮੈਂ ਰਾਹਾਂ 'ਤੇ ਤੁਰਦਾ ਨਹੀਂ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ। ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ, ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ। ਕੱਲ੍ਹ ਤੋਂ ਬਾਅਦ ਹੀ ਸਮਝੋ ਖਹਿਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ, ਇਹ ਕੋਈ ਕ੍ਰਾਈਟੇਰੀਆ ਨਹੀਂ। ਖਹਿਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ, ਜਦੋਂ ਬਾਈ ਇਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ, ਕਹਿੰਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜ੍ਹੀ ਦੁਬਾਰੇ ਜਾਊਂਗਾ, ਕੋਈ ਸਵਾਲ ਪੁੱਛ ਲਿਆ ਹੁਣ। ਅਤੇ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਇੱਕ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19,000 ਵੋਟ ਵੀ ਨਹੀਂ ਪਈ ਸੀ, ਹੈ ਜੀ, ਜਦੋਂ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫ਼ੀ ਮੰਗੀ ਕਿ ਮੈਂ ਇੱਥੇ ਗਲਤ ਆ, ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ। ਸੋ ਇਹ ਮਤਲਬ ਇਹ ਸਿਰਫ ਅਤੇ ਸਿਰਫ ਨਿੱਜੀ ਕਿੜਾਂ ਕੱਢਣ ਨੂੰ ਆਏ ਨੇ, ਮੇਰੇ ਵਿਰੁੱਧ ਲੱਗ ਜੂ ਕੱਲ੍ਹ ਪਰਸੋਂ ਤੋਂ ਬੋਲਣ, ਬਸ ਮੇਰੇ ਪਰਿਵਾਰ 'ਤੇ ਨਿੱਜੀ ਕਰੂਗਾ, ਠੀਕ ਹੈ ਨਾ। ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ, ਕੌਣ ਹੈ, ਕੀ ਹੈ। ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ, ਆਹ ਦੇਖੋ ਆਪਣੀ ਜੁਆਇਨਿੰਗ, ਇੰਨਾ ਸ਼ਾਨਦਾਰ ਹਾਲ ਹੈ, ਹੈ ਨਾ, ਮੀਡੀਆ ਬੁਲਾਇਆ ਹੈ, ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਮੇਤ ਆਏ ਹਾਂ ਸਾਰੇ ਬੈਠੇ, ਅਤੇ ਖਹਿਰਾ ਸਾਹਿਬ ਦੀ ਜੁਆਇਨਿੰਗ ਆ, ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਏ ਕਰਕੇ ਮੈਂ ਚੱਲ, ਉੱਥੇ ਕੀ ਪਤਾ ਲੱਗਦਾ, ਉਸ ਖੂਹ 'ਚੋਂ ਲਾਸ਼ਾਂ ਨਹੀਂ ਥੇ ਹੁੰਦੀਆਂ, ਠੀਕ ਹੈ, ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਆਏ ਨੇ ਨਾ ਜੰਮ ਕੇ, ਉਹਨਾਂ ਤੋਂ ਨਹੀਂ ਹੋਣਾ ਕੰਮ, ਇਹ ਇੱਕ ਕਨਵੈਂਟੇਰੀਅਨ ਜਾਂ ਜਿਹੜੇ ਉਹ ਕਦੇ ਲੋਕਾਂ ਨੇ, ਤੁਸੀਂ ਗੱਲ ਨੋਟ ਕਰ ਲਿਓ, ਕਦੇ ਟੈਕਨੀਕਲ ਗੱਲ ਹੈ, ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਸੁਣੋ ਸੁਖਪਾਲ ਖਹਿਰੇ ਦੀ, ਜਦੋਂ ਉਹਨੇ ਝੂਠ ਬੋਲਣਾ ਹੋਵੇ ਉਹ ਅੰਗਰੇਜ਼ੀ 'ਚ ਬੋਲਦਾ, ਉਹ ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ, ਉਹਦੀ ਅੰਗਰੇਜ਼ੀ 'ਚ ਹੋ ਜਾਂਦਾ ਉਹ, ਕਿਉਂਕਿ ਉਹਦੇ ਅੰਦਰੋਂ ਕੋਈ ਗੁਣ ਹੈ ਇਸ ਗੱਲ ਦਾ, ਅਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ 'ਚ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ, ਉਹ ਝੂਠ ਹੋਊਗੀ। ਮੈਂ ਨੋਟ ਕੀਤੀ, ਮੇਰੇ ਨਾਲ ਆ ਰਹੇ ਨੇ, ਮੇਰੇ ਤਾਂ ਨਾਲ ਰਹੇ ਨੇ, ਜੇ ਅੱਧਾ ਮਿੰਟ ਮੈਂ ਕਿਤੇ ਥੋੜ੍ਹਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ, ਮੇਰੇ ਵਾਲੀ ਕੁਰਸੀ 'ਤੇ ਬਹਿ ਜਾਂਦੇ ਸੀ, ਬਹੁਤ ਕਾਲੀ ਆ ਉਹਨਾਂ ਨੂੰ ਕੁਛ ਬਣਨ ਦੀ ਬਣਨ ਦੀ, ਪਰ ਕਾਲੀਆਂ ਮੂਹਰੇ ਟੋਏ ਟੋਏ, ਨਾਲੇ ਅਸੀਂ ਕੁਛ ਬਣ ਨਹੀਂ ਆਏ ਇੱਥੇ। ਸੋ ਬਾਈ ਜੀ, ਸਾਡਾ ਇੱਕ ਐਸਾ ਮਾਲਵੇ ਦਾ ਮਤਲਬ ਲਫਜ਼ ਹੈ ਜਿਹਦੇ 'ਚ ਸਾਰਾ ਕੁਛ ਹੀ ਆ ਜਾਂਦਾ, ਜਿਹਦੇ 'ਚ ਆਪਣਾਤਾ ਹੈ, ਜਿਹ 'ਚ ਪਿਆਰ ਹੈ। ਸੋ ਮੈਂ ਪਹਿਲਾਂ ਵੀ ਦੱਸਿਆ, ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੌਸ ਕਲਚਰ ਨਹੀਂ ਹੈਗਾ, ਕੁਲੈਕਟਿਵ ਡਿਸੀਜਨ ਲੈਂਦੇ ਹਾਂ ਅਸੀਂ, ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਂਦੇ ਹਾਂ। ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਇਹ ਲੋੜ ਹੈ ਕਿ ਪੋਲੀਟਿਕਸ 'ਚ ਆਵੇ, ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲ੍ਹਿਆਂ ਨੂੰ ਪ੍ਰਭਾਵਿਤ ਕਰਦੀ ਹੈ,
ਤੁਹਾਡੇ ਚੁੱਲ੍ਹੇ ਤੇ ਅੱਜ ਕੀ ਪੱਕਣਾ ਹੈ ਰਾਜਨੀਤੀ ਡਿਸਾਈਡ ਕਰਦੀ ਹੈ। ਫਿਰ ਆਪਾਂ ਰਾਜਨੀਤੀ ਤੋਂ ਮੁੱਕਰਦੇ ਕਿਉਂ ਹਾਂ, ਭੱਜਦੇ ਕਿਉਂ ਹਾਂ, ਵਿੱਚ ਵੜੀਏ? ਉਹ ਅੰਗਰੇਜ਼ੀ ਦੇ ਇੱਕ ਰਾਈਟਰ ਨੇ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ, ਕਿਉਂ ਹੈ ਕਿ ਇਸ ਕਰਕੇ ਨਹੀਂ ਹੈਗੀ ਕਿ ਮਾੜੇ ਬੰਦੇ ਨੇ ਇੱਥੇ, ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ, ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਹੈ ਅੱਗੇ। ਜੋ ਚੰਗੇ ਆ ਜਾਣਗੇ ਆਟੋਮੈਟਿਕਲੀ, ਜੇ ਤੁਸੀਂ ਗੰਧਲਾ ਪਾਣੀ ਹੈ ਉਹ 'ਚ ਸਾਫ਼ ਪਾਣੀ ਪਾਓਗੇ, ਉਹ ਭਾਵੇਂ ਇੱਕਦਮ ਤਾਂ ਸਾਫ਼ ਨਹੀਂ ਹੁੰਦਾ ਪਰ ਗੰਧਲਾਪਣ ਤਾਂ ਘਟੂਗਾ ਨਾ। ਸੋ ਇਸ ਕਰਕੇ ਰਾਜਨੀਤੀ 'ਚ ਇਹੋ ਜਿਹੇ ਮੁੰਡੇ ਜਿਹਨਾਂ ਨੂੰ, ਜਿਹਨਾਂ ਨੇ ਸੋਚਿਆ ਵੀ ਅਸੀਂ ਕੁਛ ਕਰਨਾ, ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੇ ਸੰਸਥਾਵਾਂ 'ਚ ਕੰਮ ਕੀਤਾ ਅਤੇ ਆਪਣੇ ਹੱਕ ਮੰਗਣੇ ਆਉਂਦੇ ਨੇ, ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ, ਧੰਨਵਾਦ ਵੀ ਕਰਨਾ ਆਉਂਦਾ। ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ, ਮੈਨੂੰ ਬਹੁਤ ਖੁਸ਼ੀ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਾਂ ਬਣ ਕੇ ਮੀਟ ਹੇਅਰ, ਔਰ ਸਾਡੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਗੋਲਡੀ ਜੀ ਆਏ ਨੇ। ਅਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛੋ ਸਰ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਖੈਰ ਇਸ ਕੰਮ ਬਾਰੇ ਬੋਲਣਾ ਨਹੀਂ ਚਾਹੀਦਾ, ਉਹਨਾਂ 'ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ? ਹੁਣ ਤਾਂ ਉਹ ਦੂਹਰ ਵੀ ਕਰਨ ਲੱਗ ਗਏ ਵੀ ਕਾਂਗਰਸ 'ਚ ਮੈਂ ਦੂਜੀ ਵਾਰ ਆਇਆ, ਸਾਡੀ ਪਾਰਟੀ 'ਚੋਂ ਤੋੜ ਕੇ ਲੈ ਗਏ ਬੰਦੇ, ਪਾਰਟੀ 'ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ, ਏਕਤਾ ਤੋੜ ਕੇ ਗਏ ਸੀਗੇ, ਠੀਕ ਹੈ ਨਾ। ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਤੱਕ ਨਹੀਂ, ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ BJP ਇੱਦਾਂ ਕਰ ਸਕਦੀ ਹੈ ਕਿ ED ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬੌਂਡ ਦੇ ਦੇ ਜਾਂ ਪਾਰਟੀ ਸ਼ਾਮਿਲ ਹੋ ਜਾ, ਇਹ BJP ਦਾ ਕਲਚਰ ਹੋ ਸਕਦਾ? ਇੱਥੋਂ ਇਹ ਸਿੱਧ ਹੁੰਦਾ ਕਿ ਸ਼ਾਇਦ ਖਹਿਰਾ ਸਾਹਿਬ ਅਗਲੀ, ਕਿਉਂਕਿ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ, ਇਹਦਾ ਮਤਲਬ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ। ਸੋ ਇਹ ਸਭ ਅਫਵਾਹਾਂ ਨੇ, ਕੋਈ ਕਿਸੇ ਕਿਸਮ ਦਾ ਨਾ ਤਾਂ ਗੋਲਡੀ 'ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ, ਜੇ ਇਲਜ਼ਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵੀ ਚੈੱਕ ਕਰ ਲਏ, ਸਾਡੇ ਤਿੰਨ ਬੰਦਿਆਂ 'ਤੇ ਇਲਜ਼ਾਮ ਲੱਗੇ ਅਤੇ ਅਸੀਂ ਉਹਨਾਂ 'ਤੇ ਐਕਸ਼ਨ ਲੈ ਲਿਆ। ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਅਤੇ ਨਾ ਹੀ ਲਾਲਚ ਜਾਂ ਕੋਈ ਡਰਾਬਾ ਕੋਈ। ਬਾਜਵਾ ਸਾਹਿਬ ਜੀ ਜੀ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਨਾ ਬੜੇ ਇਮੋਸ਼ਨਲ ਜਿਹੇ ਬੰਦੇ ਹਾਂ ਜ਼ਿਲ੍ਹੇ ਸੰਗਰੂਰ ਵਾਲੇ, ਉੱਧਰੋਂ ਮੈਂ ਛੱਡਿਆ ਨਹੀਂ, ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000। ਮੈਂ ਉਦਣੇ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ, ਵੀ ਵੱਡਾ ਲੀਡਰ ਅਤੇ ਛੋਟਾ ਲੀਡਰ ਕੌਣ ਹੁੰਦਾ, ਜਿਹੜੇ 2.5 ਸਾਲ ਮੂਲ ਕੋਈ ਫਿਰੀ ਗਏ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ, ਅਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤ ਹੀ ਕਰੀ ਜਾਣਗੇ ਸਾਰੀ ਉਮਰ। ਮੈਂ ਮੁੱਖ ਮੰਤਰੀ ਸਾਹਿਬ ਦੀ ਬਾਂਹ ਇਸ ਕਰਕੇ ਇਹਨਾਂ ਨੇ ਮੇਰੀ ਬਾਂਹ ਫੜੀ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਅਤੇ ਸਾਡਾ ਮੋਟਿਵ ਆ, ਜੇ ਅਸੀਂ ਕੋਈ ਸਰਕਾਰ ਦਾ ਪਾਰਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਹਾਂ, ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈ ਜਾਣੀਆਂ ਨੇ। ਤੁਸੀਂ ਇਹਨਾਂ ਦੀ ਗੱਲ ਸੁਣਿਓ, ਇੱਕ ਮੈਂ ਤੁਹਾਨੂੰ ਦੱਸਦਾ, ਇਹਨਾਂ ਦਾ ਖੁਦ ਦਾ ਬਿਆਨ ਆ
ਵੀ ਮੈਂ ਤਾਂ 5-6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ, ਮੈਨੂੰ ਤਾਂ ਉਦੀ ਬਾਜਵਾ ਸਾਹਿਬ ਅਤੇ ਰਾਜਾ ਵੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ। ਸਾਰੇ ਸਹਿਮਤ ਹਾਂ ਜੀ, ਇਹ ਸੁਣੀ ਹੋਣੀ ਹੈ ਤੁਸੀਂ ਨੇ ਸਾਰਿਆਂ ਨੇ ਗੱਲ। ਅਤੇ ਸਾਨੂੰ 8 ਦਿਨ ਪਹਿਲਾਂ, 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆ ਜਾ ਤੜਕੇ ਤੈਨੂੰ ਟਿਕਟ ਦਿੰਦੇ ਹਾਂ, ਅਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਹਾਂ। ਫਿਰ ਸਾਡੇ ਤੋਂ ਜਿਹੜਾ 50,000 ਰੁਪਇਆ ਡਿਸਿਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ, ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ, ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ ਧੀਆਂ ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਨਾ ਇਹਨਾਂ ਨੇ। ਜੇ ਉਹਨਾਂ ਨੂੰ ਪਤਾ ਸੀ, ਸਾਡੀ LOP ਨੂੰ ਵੀ ਪਤਾ ਸੀਗਾ ਅਤੇ ਸਾਡੇ ਪ੍ਰੈਜੀਡੈਂਟ ਨੂੰ ਵੀ ਪਤਾ ਸੀ, ਫਿਰ ਮੈਂ ਅਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ, ਫਿਰ ਸਾਨੂੰ ਟਿਕਟ ਅਪਲਾਈ ਹੀ ਨਾ ਕਰਾਉਂਦੇ। ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦਿਉ। 2022 ਦੇ ਵਿੱਚ ਵੀ ਜਿਮਣੀ ਚੋਣ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ, ਜਦੋਂ ਸਾਰੇ ਭੱਜ ਗਏ ਸੀਗੇ ਜੀ, ਫਿਰ 2 ਸਾਲ ਮੈਂ ਤੋਂ ਕੰਮ ਕਰਵਾਈ ਗਏ। ਸੋ ਮੇਰੇ ਕਹਿਣ ਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ, ਇੱਧਰ ਕਿਹੜਾ ਅਸੀਂ ਮੈਂ ਅਸੀਂ ਸਾਰੇ ਇੱਥੇ ਬੈਠੇ ਹਾਂ। ਗੱਲ ਟਿਕਟ ਦੀ ਨਹੀਂ ਹੁੰਦੀ, ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਕਿਸ ਤਰੀਕੇ ਨਾਲ ਟ੍ਰੀਟ ਕਰ। ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਚ ਤਾਂ ਕਿ ਗੋਲਡੀ ਨੇ ਪਾਰਟੀ ਨਹੀਂ ਛੱਡੀ, ਪਾਰਟੀ ਨੇ ਗੋਲਡੀ ਛੱਡਿਆ ਸਰ ਜੀ, ਕਿਉਂਕਿ ਇੰਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪਰਵਾਹ ਨਹੀਂ ਕਰੂਗੀ, ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ? ਇਹੋ ਜਿਹੇ ਤਾਂ ਚਾਹੀਦੇ ਆ, ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ, ਵਧੀਆ ਬੁਲਾਰੇ ਹੋਣ, ਮਿਹਨਤੀ ਹੋਣ, ਲੋਕਾਂ ਕੋਲ ਕੰਮ, ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ, ਅਤੇ ਇਹੋ ਜਿਹੇ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹੇ? ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ, ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਿਬ ਵਾਲਾ ਭੇਜਤਾ, ਖਡੂਰ ਵਾਲੇ ਨੂੰ ਸੰਗਰੂਰ ਭੇਜਤਾ ਹੈ ਜੀ, ਅਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ। ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਿਰਾਏ 'ਤੇ ਘਰ ਲੈਣਾ ਇੱਥੇ ਲੁਧਿਆਣੇ, ਤਾਂ ਕਿ ਰਾਜਾ ਵੜਿੰਗ ਜਿੱਤਣਾ ਜਾਵੇ, ਮੈਂ ਦੇਖੂੰਗਾ ਆਪਦਾ ਸਾਰਾ, ਆਪਦੀ ਦੇਖ ਰੇਖ ਦੇ ਵਿੱਚ ਸਾਰਾ ਕਰੂੰਗਾ ਕੰਮ। ਇਹਨਾਂ ਦਾ ਆਪਸ 'ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਈ ਜਾਂਦਾ, ਕੌਣ ਕਿਹਨੂੰ ਜਿਤਾਈ ਜਾਂਦਾ। ਛੱਡੋ ਪਰੇ, ਇੰਨਾ ਇੰਨਾ ਟਾਈਮ ਸਵਾਲ ਪੁੱਛਣ 'ਤੇ ਲਾਤਾ। ਨਾਲੇ ਜਿਹੜੀ ਡਰ ਵਾਲੀ ਗੱਲ ਆ ਨਾ, ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ, ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਵੀ ਕੋਈ ਡਰ ਕੋਈ ਭੈ? ਸੋ ਇਹੀ ਜਿਹੀ ਕੋਈ ਗੱਲ ਨਹੀਂ। ਹਾਂ ਬਿਲਕੁਲ, ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ। ਇਹੀ ਬੰਦੇ ਦੀ ਵੀਡੀਓ ਦੇਖਿਓ, ਥੋੜ੍ਹੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦੇਵਾਂਗੇ, ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ, ਅਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ। ਅਤੇ ਇਹ ਜਿਹੜੇ ਚੀਜ਼ਾਂ ਨੇ ਨਾ, ਇਹ ਉਹਨਾਂ ਨੂੰ ਫਿਰ ਮੈਂ ਇਹੋ ਜਿਹਾ ਹੋ ਕੇ ਟੱਕਰੂੰਗਾ, ਇਹ ਤਾਂ ਹੁਣ ਸਮਾਂ ਹੀ ਦੱਸੂਗਾ, ਕੱਲ੍ਹ ਤੋਂ ਬਾਅਦ ਹੀ ਸਮਝ ਆਊਗਾ। ਖਹਿਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ, ਇਹ ਕੋਈ ਕ੍ਰਾਈਟੇਰੀਆ ਨਹੀਂ। ਖਹਿਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ, ਜਦੋਂ ਬਾਈ ਇਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ, ਕਹਿੰਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜ੍ਹੀ ਦੁਬਾਰੇ ਜਾਊਂਗਾ, ਕੋਈ ਸਵਾਲ ਪੁੱਛ ਲਿਆਉਣਾ। ਅਤੇ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਇੱਕ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ, 19,000 ਵੋਟ ਵੀ ਨਹੀਂ ਪਈ ਸੀ ਹੈ ਜੀ, ਜਦੋਂ ਬਠਿੰਡੇ ਤੋਂ ਆਏ ਸੀ, ਬਠਿੰਡੇ ਵਾਲਿਆਂ ਤੋਂ ਮਾਫ਼ੀ ਮੰਗੀ ਕਿ ਮੈਂ ਇੱਥੇ ਗਲਤ ਆ, ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ। ਸੋ ਇਹ ਮਤਲਬ ਇਹ ਸਿਰਫ ਤੇ ਸਿਰਫ ਨਿੱਜੀ ਕਿੜਾਂ ਕੱਢਣ ਨੂੰ ਆਏ ਨੇ, ਮੇਰੇ ਵਿਰੁੱਧ ਲੱਗ ਜੂ ਕੱਲ੍ਹ ਪਰਸੋਂ ਤੋਂ ਬੋਲਣ, ਬਸ ਮੇਰੇ ਪਰਿਵਾਰ 'ਤੇ ਨਿੱਜੀ ਕਰੂਗਾ, ਠੀਕ ਹੈ ਨਾ। ਸੋ ਇਹ ਨਹੀਂ ਪਤਾ, ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ, ਕੌਣ ਹੈ, ਕੀ ਹੈ। ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ, ਆ ਦੇਖੋ ਆਪਣੀ ਜੁਆਇਨਿੰਗ, ਇੰਨਾ ਸ਼ਾਨਦਾਰ ਹਾਲ ਹੈ, ਹੈ ਨਾ, ਮੀਡੀਆ ਬੁਲਾਇਆ ਹੈ, ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਮੇਤ ਆਏ ਹਾਂ ਸਾਰੇ ਬੈਠੇ ਹਾਂ। ਅਤੇ ਖਹਿਰਾ ਸਾਹਿਬ ਦੀ ਜੁਆਇਨਿੰਗ, ਆ ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ,
ਉੱਥੇ ਐਂ ਕਰਕੇ ਕਹਾਂ ਚੱਲ ਜੀ ਸੱਸੀ ਗੱਲ, ਉੱਥੇ ਕੀ ਪਤਾ ਲੱਗਦਾ ਉਸ ਖੂਹ 'ਚੋਂ ਲਾਸ਼ਾਂ ਨਹੀਂ ਥੇ ਆਉਂਦੀਆਂ, ਬਹੁਤ ਵੱਡਾ ਵੱਡਾ ਖੂਹ ਹੈ ਜੀ ਉਸ, ਉੱਥੇ ਨਹੀਂ ਪਤਾ ਲੱਗਦਾ, ਮੇਲੇ 'ਚ ਅਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ। ਸੋ ਇਸ ਕਰਕੇ ਅਸੀਂ ਲੜਾਂਗੇ, ਸਾਡੀ ਲੜਾਈ ਕੋਈ ਖੈਰੇ ਨਾਲ ਨਹੀਂ, ਸਾਡੀ ਲੜਾਈ ਬੇਰੁਜ਼ਗਾਰੀ ਦੂਰ ਕਰਨ 'ਤੇ, ਸਾਡੀ ਲੜਾਈ ਸਾਡੇ ਨੌਜਵਾਨਾਂ ਨੂੰ ਕੰਮ ਦੇਣ 'ਤੇ, ਸਾਡੀ ਲੜਾਈ ਬਿਜਲੀ ਪਾਣੀ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ 'ਤੇ, ਸਾਡਾ ਜਿਹੜਾ ਗਰੰਟੀਆਂ ਨੇ, ਚਲੋ ਮੋਦੀ ਜੀ ਵੀ ਹੁਣ ਗਰੰਟੀਆਂ ਕਹਿਣ ਲੱਗ ਗਏ ਕੋਈ ਗੱਲ ਨਹੀਂ, ਪਰ ਪੂਰੀਆਂ ਕਰਦੇ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਅਤੇ ਪੰਜਾਬ ਦੀ ਜਿਹੜੀ ਇਕੋਨਮੀ ਉਹਨੂੰ ਠੀਕ ਕਰਕੇ ਜੇ ਦੇਸ਼ ਨੂੰ ਨੰਬਰ ਵਨ ਬਣਾਉਣਾ ਹੈ ਦੁਨੀਆ 'ਚ, ਤਾਂ ਯਾਦ ਰੱਖਣਾ ਪਊਗਾ ਕਿ ਪੰਜਾਬ ਨੂੰ ਨੰਬਰ ਵਨ ਪਹਿਲਾਂ ਬਣਾਉਣਾ ਪਊਗਾ। ਪੰਜਾਬ ਹਮੇਸ਼ਾ ਲੀਡ ਕਰਦਾ, ਚਾਹੇ ਆਜ਼ਾਦੀ ਦਾ ਇਨਕਲਾਬ ਸੀ, ਚਾਹੇ ਹਰਾ ਇਨਕਲਾਬ ਸੀ, ਚਾਹੇ ਕੋਈ ਵੀ ਲਹਿਰ ਜਿਹੜੀ ਹੈ ਉਹ ਦੇਸ਼ ਦੇ ਵਿੱਚ ਉੱਠੀ, ਉਹਨੂੰ ਪੰਜਾਬ ਲੀਡ ਕਰਦਾ। ਈਵਨ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ 4 ਹਰੇ ਰੰਗ ਦੇ ਪੱਤੇ ਇਸ ਦਰਖਤ ਦੇ ਪੰਜਾਬ ਨੇ ਦਿੱਤੇ ਸੀਗੇ, ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਫਰੀਦਕੋਟ ਅਤੇ ਪਟਿਆਲਾ। ਸੋ ਉਹ ਤੋਂ ਬਾਅਦ 92 ਹੁਣ ਹੋ ਗਏ ਜੀ, 117 'ਚੋਂ 92 ਕਦੇ ਕਿਸੇ ਨੇ ਸਰਵੇ 'ਚ ਨਹੀਂ ਕੀਤਾ, ਇਹ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਸੀ। ਇੱਦਾਂ ਹੀ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਨ ਦਾ ਹੋਰ ਕੀ ਆਈਡੀਆ ਕਿ ਇਹਨਾਂ ਨੂੰ ਰੋਕ ਲਓ ਯਾਰ, ਇਹ ਜਿੱਥੇ ਜਾਂਦੇ ਆ ਸੁਹਾਗਾ ਫਿਰ ਜਾਂਦਾ, ਇਹਨਾਂ ਨੂੰ ਰੋਕੋ। ਤਾਂ ਦਿੱਲੀ ਦੇ ਵਿੱਚ 3 ਵਾਰੀ ਹਰਾਤੀ ਭਾਜਪਾ ਦਿੱਲੀ 'ਚ, ਹੋਰ ਪੰਜਾਬ 'ਚ ਹਰਾਤੀ। ਉਹ ਪੱਤਰਕਾਰ ਮੈਨੂੰ ਕਹਿੰਦੇ ਆਪਨੇ ਮੋਦੀ ਜੀ ਕੀ ਆਂਧੀ ਕੋ ਕੈਸੇ ਰੋਕਾ, ਮੈਨੇ ਕਿਹਾ ਕਹਾਂ, ਕਹਿੰਦੇ ਪੰਜਾਬ ਔਰ ਦਿੱਲੀ ਮੈਂ ਕੈਸੇ ਰੋਕਾ ਮੋਦੀ ਜੀ ਕੀ ਆਂਧੀ ਕੋ, ਮੈਨੇ ਕਿਹਾ ਇਹ ਕੋਈ ਰੋਕਟ ਸਾਇੰਸ ਨਹੀਂ ਹੈ। ਮੈਂ ਕਿਹਾ ਚੁਣਾਵ ਚਿੰਨ੍ਹ ਬੀਜੇਪੀ ਦਾ ਚੁਣਾਵ ਚਿੰਨ੍ਹ ਕੀ ਹੈ, ਕਹਿੰਦੇ ਕਮਲ ਕਾ ਫੂਲ। ਮੈਂ ਕਿਹਾ ਆਮ ਆਦਮੀ ਪਾਰਟੀ ਕਾ ਕਿਆ ਹੈ, ਕਹਿੰਦੇ ਝਾੜੂ। ਮੈਨੇ ਕਿਹਾ ਕਮਲ ਕਾ ਫੂਲ ਕਹਾਂ ਉਗਤਾ ਹੈ, ਕਹਿੰਦੇ ਕੀਚੜ ਮੇਂ। ਮੈਨੇ ਕਿਹਾ ਝਾੜੂ ਕਿਆ ਕਰਤਾ ਹੈ, ਕਹਿੰਦੇ ਕੀਚੜ ਕੀ ਸਫਾਈ। ਮੈਨੇ ਕਿਹਾ ਹਮਨੇ ਝਾੜੂ ਸੇ ਕੀਚੜ ਕੀ ਸਫਾਈ ਕਰਤੀ ਦਿੱਲੀ ਔਰ ਪੰਜਾਬ ਮੇਂ, ਕਮਲ ਉਗੇ ਹੀ ਨਹੀਂ ਉੱਥੇ, ਨਹੀਂ ਕਹਿੰਦੇ ਦਿੱਲੀ ਨਹੀਂ ਕਹਿੰਦੇ ਇਹ ਵੀ ਅਬ ਕੀ ਵਾਰ ਇਤਨੀ ਪਾਰ, ਕਿਉਂਕਿ ਉਹਨਾਂ ਨੂੰ ਪਤਾ ਹੈ ਅਬ ਕੀ ਵਾਰ ਸਿਰਫ ਜਮਨਾ ਪਾਰ, ਉਹਨਾਂ ਕੋਲ ਜਿਹੜੀਆਂ 4 ਸੀਟਾਂ 5 ਸੀਟਾਂ ਹੈਗੀਆਂ ਜਮਨਾ ਪਾਰ ਵਾਲੀਆਂ ਨੇ ਬਸ। ਸੋ ਇਹ ਦੇਸ਼ ਦੇ ਵਿੱਚ ਮਾਹੌਲ ਬਦਲ ਰਿਹਾ। ਮੈਂ ਜਾ ਕੇ ਆਇਆ ਗੁਜਰਾਤ, ਮੈਂ ਰਾਂਚੀ ਜਾ ਕੇ ਆਇਆ, ਆਸਾਮ ਜਾ ਕੇ ਆਇਆ, ਲੋਕ ਜਿਹੜੇ ਤਾਨਾਸ਼ਾਹੀ ਤੋਂ ਤੰਗ ਆਏ ਪਏ ਨੇ ਔਰ ਲੋਕ ਬਦਲਣਾ ਚਾਹੁੰਦੇ ਆ। ਗੱਲ ਤਾਂ ਹੋਈ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੀ, ਅਤੇ 10 ਸਾਲਾਂ ਬਾਅਦ ਆਲਮੋਸਟ ਬਿਨਾਂ ਵਿਪਕਸ਼ ਦੇ ਤੁਸੀਂ ਕੰਮ ਕੀਤਾ ਮਰਜ਼ੀ ਨਾਲ, ਕੋਈ ਤੁਹਾਨੂੰ ਮੂਹਰੋਂ ਵਿਰੋਧ ਕਰਨ ਵਾਲਾ ਜਾਂ ਕੋਈ ਪ੍ਰੈਸ਼ਰ ਵਾਲਾ ਨਹੀਂ ਸੀਗਾ, ਅਤੇ ਤੁਸੀਂ ਗੱਲ ਗੱਲ 'ਤੇ ਤੁਸੀਂ ਬਦਲਦੇ ਰਹੇ ਜਿਹੜੇ ਸੰਵਿਧਾਨ ਦੀਆਂ ਆਹ ਕਲੋਜ਼ ਬਲ ਦਿਓ, ਆਰਡੀਨੈਂਸ ਜਾਰੀ ਕਰ ਦਿਓ, ਆਹ ਕਰ ਦਿਓ। 10 ਸਾਲਾਂ ਬਾਅਦ ਵੀ ਜੇ ਤੁਹਾਨੂੰ ਮੰਗਲ ਸੂਤਰ ਦੇ ਨਾਂ 'ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ, ਇਹ ਸ਼ਰਮ ਦੀ ਗੱਲ ਹੈ, ਬਹੁਤ ਸ਼ਰਮ ਦੀ ਗੱਲ ਹੈ। ਥੂ ਥੂ ਹੋਈ ਜਾਂਦੀ ਹੈ ਸਾਰੀ ਦੁਨੀਆ 'ਚ ਕਿ ਇਸ ਤਰ੍ਹਾਂ ਦਾ ਮੁੱਦੇ, ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਕੋਈ ਕੰਮ ਹੀ ਨਹੀਂ ਬਣਾ ਸਕਿਆ, ਕਿ ਸਕੂਲ ਬਣਾਤੇ, ਹਸਪਤਾਲ ਬਣਾਤੇ, ਜਾਂ ਬਿਜਲੀ ਫਰੀ ਕਰਤੀ, ਕਿਸਾਨਾਂ ਦਾ ਮਸਲਾ ਹੱਲ ਕਰਤਾ, ਨਾ। 10 ਸਾਲਾਂ ਸਿਰਫ ਮੰਗਲ ਸੂਤਰ ਦੇ ਨਾਂ 'ਤੇ ਹੁਣ ਡਰਾ ਕੇ ਵੋਟਾਂ ਲੈ ਰਹੇ ਨੇ, ਪਰ ਉਹ ਲੋਕ ਸਮਝ ਗਏ ਕਾਠ ਦੀ ਆਂਡੀ ਵਾਰ ਵਾਰ ਚੜ੍ਹਦੀ ਨਹੀਂ। ਇਸ ਵਾਰ 4 ਜੂਨ ਨੂੰ ਜਿਹੜਾ ਆਮ ਆਦਮੀ ਪਾਰਟੀ ਹੈ ਪੂਰੇ ਦੇਸ਼ 'ਚ ਇੱਕ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਹੈ, ਔਰ ਜਿਹੜੀ ਸਰਕਾਰ ਬਣਨੀ ਹੈ ਸੈਂਟਰ ਦੇ ਵਿੱਚ, ਉਹ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਉੱਚ ਰਹਿਣ ਵਾਲਾ ਹੈ, ਅਤੇ ਪੰਜਾਬ ਨੂੰ ਫਿਰ ਮੌਕਾ ਮਿਲੂਗਾ, ਪੰਜਾਬ ਹੀ ਲੀਡ ਕਰੂਗਾ। ਸੋ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸਾਰਿਆਂ ਦਾ, ਅਤੇ ਅੱਜ ਤੋਂ ਬਾਅਦ ਤੁਸੀਂ ਹਲਕਿਆਂ 'ਚ ਮਿਲਦੇ ਰਹਾਂਗੇ, ਤੁਸੀਂ ਵੀ ਆਉਂਦੇ ਰਹੋਗੇ, ਤੁਹਾਡੀਆਂ ਵੀ ਡਿਊਟੀਆਂ ਲੱਗੀਆਂ ਹੋਣੀਆਂ ਫੀਲਡ 'ਚ ਜਾਣ ਦੀਆਂ, ਅਤੇ ਅਸੀਂ ਫਿਰ ਇੱਕ ਵਾਰੀ ਤੁਹਾਡਾ ਵੀ ਧੰਨਵਾਦ ਕਰਦੇ ਹਾਂ, ਔਰ ਗੋਲਡੀ ਹੋਰਾਂ ਨੂੰ ਅੱਜ ਹੈ ਵੀ ਮਿਹਨਤ ਕਸ਼ਾਂ ਦਾ ਦਿਨ ਹੈ, ਅੱਜ ਮੇ ਡੇ ਹੈ, ਅੱਜ ਮਜ਼ਦੂਰ ਦਿਵਸ ਹੈ, ਅਸੀਂ ਸਾਰੇ ਮਿਹਨਤ ਕਸ਼ ਲੋਕ ਹਾਂ, ਆਪਣਾ ਹਰ ਰੋਜ਼ ਨਵਾਂ ਖੂਹ ਪੱਟ ਕੇ ਪਾਣੀ ਪੀਣ ਵਾਲੀ ਗੱਲ ਹੁੰਦੀ ਹੈ ਰਾਜਨੀਤੀ 'ਚ, ਠੀਕ ਹੈ। ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਆਏ ਨੇ ਨਾ ਜੰਮ ਕੇ,
ਉਹਨਾਂ ਨੂੰ ਉਹਨਾਂ ਤੋਂ ਨਹੀਂ ਹੋਣਾ ਕੰਮ ਇਹ। ਇੱਕ ਕਨਵੈਂਟੇਰੀਅਨ ਜਾਂ ਜਿਹੜੇ ਉਹ ਕਦੇ ਲੋਕਾਂ ਨੇ, ਤੁਸੀਂ ਗੱਲ ਨੋਟ ਕਰ ਲਿਓ, ਕਦੇ ਟੈਕਨੀਕਲ ਗੱਲ ਹੈ, ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਸੁਣੋ ਸੁਖਪਾਲ ਖਹਿਰੇ ਦੀ, ਜਦੋਂ ਉਹਨੇ ਝੂਠ ਬੋਲਣਾ ਹੋਵੇ ਉਹ ਅੰਗਰੇਜ਼ੀ 'ਚ ਬੋਲਦਾ ਉਹ, ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ, ਉਹਦੀ ਅੰਗਰੇਜ਼ੀ 'ਚ ਹੋ ਜਾਂਦਾ ਉਹ, ਕਿਉਂਕਿ ਉਹਦੇ ਅੰਦਰੋਂ ਕੋਈ ਗੁਣ ਹੈ ਇਸ ਗੱਲ ਦਾ। ਅਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ, ਉਹ ਝੂਠ ਹੋਊਗੀ। ਮੈਂ ਨੋਟ ਕੀਤੀ, ਮੇਰੇ ਨਾਲ ਰਹੇ ਨੇ, ਮੇਰੇ ਤਾਂ ਨਾਲ ਰਹੇ ਨੇ, ਜੇ ਅੱਧਾ ਮਿੰਟ ਮੈਂ ਕਿਤੇ ਥੋੜ੍ਹਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ, ਮੇਰੇ ਵਾਲੀ ਕੁਰਸੀ 'ਤੇ ਬਹਿ ਜਾਂਦੇ ਸੀ। ਬਹੁਤ ਕਾਲੀ ਆ ਉਹਨਾਂ ਨੂੰ ਕੁਛ ਬਣਨ ਦੀ ਬਣਨ ਦੀ, ਪਰ ਕਾਲੀਆਂ ਮੂਹਰੇ ਟੋਏ ਟੋਏ, ਨਾਲੇ ਅਸੀਂ ਕੁਛ ਬਣ ਨਹੀਂ ਆਏ ਇੱਥੇ। ਪਾਤਰ ਸਾਹਿਬ ਦਾ ਸ਼ੇਰ ਸੁਣਾ ਕੇ ਮੈਂ ਇਸ ਜਿਹੜਾ ਫੰਕਸ਼ਨ ਹੈ, ਜਿਹੜਾ ਸਾਡੇ ਪਰਿਵਾਰ ਦੇ ਵਿੱਚ ਵਾਧੇ ਦਾ ਫੰਕਸ਼ਨ ਜਿਹੜਾ ਹੋਇਆ, ਉਹਨੂੰ ਕਹੂੰਗਾ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਮੈਂ ਰਾਹਾਂ 'ਤੇ ਤੁਰਦਾ ਨਹੀਂ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ। ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ, ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ। ਸੋ ਉਹ ਆ ਤਾਂ ਨਹੀਂ ਹੈਗੇ ਅਸੀਂ, ਅਸੀਂ ਤਾਂ ਪੰਜਾਬ ਦੇ ਵਿੱਚ ਮਿਹਨਤ ਕਰਕੇ ਪਾਰਟੀ ਬਣਾਈ, ਪਾਰਟੀ ਨੂੰ ਤਕੜੀ ਕੀਤਾ ਮਿਹਨਤ ਕਰਕੇ, ਔਰ ਅਨੁਸ਼ਾਸਨ 'ਚ ਰਹਿ ਕੇ ਸਾਡੀ ਪਾਰਟੀ ਕੰਮ ਕਰਦੀ ਹੈ, ਅਤੇ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਦਾ ਸੁਪਨਾ, ਅਤੇ ਉਹ ਇਕੱਠੇ ਹੋ ਕੇ ਸਾਰੇ, ਅਤੇ ਟੀਮ ਵਰਕ ਹੈ ਸਾਡੀ, ਬੈਂਚ ਸਟਰੈਂਥ ਵੀ ਚਾਹੀਦੀ ਹੈ, 11 ਖੇਡਦੇ ਨੇ, 4 ਜੇ ਨਾਲ ਨਹੀਂ ਵੀ ਖੇਡਦੇ ਹੁੰਦੇ, ਪਰ ਜਦੋਂ ਟੀਮ ਜਿੱਤ ਜਾਂਦੀ ਹੈ ਮੈਡਲ 15 ਦੇ 15 ਨੂੰ ਮਿਲਦੇ ਨੇ। ਸੋ ਸਾਡੀ ਟੀਮ ਹੈ, ਪੂਰੀ ਟੀਮ ਸ਼ਾਮਿਲ ਹੋਈ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅੱਜ